मेरे वालों सारे ने प्यार भरी सत श्री अकाल अदाब नमस्ते सलाम सत श्री अकाल की हाल है केम शो हाउ आर यू फ्रेंड्स। तो आज का ब्लॉग बना रही हूँ मैं अपनी डॉगी ते, इसका नाम है बिन्नी, पाकिस्तानी बुली है। इनू मैं शैम्पू कर दिता है, हूँ अभी नहा रहे हैं। बहुत शरारत करती है, बहुत मस्ती करती पानी के नाल। देखो जो भी असं बेड़ा धोन तो लगते हैं पाइप के नाल, ये आके पाइप फड़ लेंगी साढ़े को, शरारत कर जाती सूँ सफाई नहीं कर देंगी। इस तो पहला इनू असी ने लवा देना, हम लवा के तो इनू ये पिंजरे से पा देना है क्योंकि इन्हें सानू कोई काम कर नहीं देना। और जो असी बेड़ा धोना होवे सवेरे ने उठ के गाय पिछों पाइप चक के लैके आँदी है, इन्ना वड्डा पाइप लिया के ना मेरे अगे रख देगी कि बेड़ा धोवो तो मैं तुहाडे नाल शरारत करा। देखो इन्हें पानी में इदे फड़ी जाना, जो असी बेड़ा धोना पा देने इदे करी जाना है। बहुत शरारती है तो बहुत जहरीली भी है। देखो जरा ये वाल ध्यान ना, देखो ये वाल इन्हू नहा बहुत शौक है। जो असं कपड़े भी धोन लग गए तभी इन्हें आके लागे बैठ जाना कि मैनू नहा दो, मैं तुम दिखाई इन्हें पाइप में कि फंडा। देखो जरा पाइप ना मस्ती करेगी हूँ ये कि नहीं। देखो देखो हमने पानी की पाइप नू कर रही है मस्ती, पानी बिच बहुत खुश होंगी है। और फ्रेंड्स ये ब्रीड हैगी है पाकिस्तानी बुली, जिहड़े सूर वगैरह फड़दे हुंदे वो आए। और साढ़े घर इंसान तो कि पक्षी भी नहीं कोई पर मार सकता, क्योंकि जो भी कोई जानवर इतने गार्डन च आते इन्नी स्पीड में भज्जी जाती है, उन्होंने फड़न एक दो बार इन्हें फड़ भी लिया और मार भी दिता। इस करके पहले असं गार्डन में जानवरों को पाते थे खाना वगैरह, हूँ ये करके असं पा नहीं सकते, छत पर पाने लेकिन ये छत भी कोशिश करती छाल मारती, जंप बहुत उच्चा है। देखो मैं तुम्हें हूँ खोल के दसागी जो असं बेड़ा धोना इन्हें, देखो साढ़े ना कि मस्ती करनी है। एक मिनट वेट करो मैं दिखाई तुम इन कर दिता। हाँ जी देखो नहा तो बाद किमें लिट रही है, हूँ इन्हें पानी का पाइप फड़ना। देखो देखो ये वाल मस्ती करेगी डांसिंग। देखो ये मस्तियाँ भी बहुत गर्मी वाला होया है, थोड़े थोड़े बदल भी होए आ, लेकिन ये मस्ती जब तक असी धो नहीं लेना बेड़ा तद तक इदा ही चलती रहनी है। हम फिर आ जाना इन्हें भज के,
ਜਿਹੜਾ ਦੇਖੋ ਕਿਵੇਂ ਜੰਪ ਕਰਕੇ ਪਾਣੀ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਔਰ ਸਲਿੱਪ ਵੀ ਇੰਨੀ ਜ਼ਿਆਦਾ ਹੁੰਦੀ ਹੈ, ਡਿੱਗਦੀ ਵੀ ਇੰਨੀ ਆ, ਲੇਕਿਨ ਫਿਰ ਆ ਜਾਏਗੀ ਇਹ 2 ਮਿੰਟ ਬਾਅਦ ਆਪਣੇ ਆਪ ਨੂੰ ਪਾਣੀ 'ਚ ਟੱਕੇ ਨਾ, ਇਹਨੇ ਫਿਰ ਆ ਜਾਣਾ ਦੇਖਿਓ। ਔਰ ਦੇਖੋ ਬਿੰਨੀ ਕਰਦੀ ਪਈ ਆ, ਗੇਟ ਤੇ ਵੀ ਪੂਰੀ ਨਜ਼ਰ ਰੱਖਦੀ, ਬਾਹਰ ਦੋਨਾਂ ਗੇਟਾਂ ਤੇ ਵੀ ਪੂਰੀ ਨਜ਼ਰ ਰੱਖਣੀ ਆ, ਮਸਤੀ ਵੀ ਪੂਰੀ ਕਰਨੀ ਇਹਨੇ। ਫਿਰ ਆ ਗਈ, ਦੇਖੋ ਦੇਖੋ ਫਿਰ ਤਾਂ ਪਾਣੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਆ। ਦੇਖੋ ਦੇਖੋ ਮੈਂ ਪ੍ਰੈਸ਼ਰ ਮਾਰ ਦੌੜ ਜਾਣਾ ਹੈ। ਬੱਦਲ ਵੀ ਹੋ ਗਏ ਆ, ਲੱਗਦਾ ਬਾਰਿਸ਼ ਆਊਗੀ, ਗਰਮੀ ਵੀ ਬਹੁਤ ਹੋਈ ਆ। ਦੇਖੋ ਸਾਹਮਣੇ ਬੱਦਲ ਕਿਵੇਂ ਹੋਏ ਆ, ਔਰ ਪਾਰਕ ਦੇ ਵਿੱਚ ਜਾਮਣਾਂ ਦਾ ਵੀ ਢੇਰ ਲੱਗਿਆ ਹੋਇਆ, ਸਾਹਮਣੇ ਬਹੁਤ ਸਾਰੀਆਂ ਜਾਮਣਾਂ ਡਿੱਗੀਆਂ ਆ। ਅਤੇ ਅਸੀਂ ਹੁਣ ਆਪਣਾ ਕੰਮ ਖਤਮ ਕਰਾਂਗੇ, ਲੇਕ ਪਾਈਪ ਚੱਕ ਕੇ ਲੈ ਗਈ। ਦੇਖੋ ਪਾਈਪ ਨੂੰ ਕਿੱਦਾਂ ਮੂੰਹ 'ਚ ਫੜ ਕੇ ਲੈ ਜਾਣਾ ਖਿੱਚ ਕੇ। ਉਹ ਦੇਖੋ ਸਵੇਰ ਨੂੰ ਮੇਰੇ ਗਾਈ ਜਿੱਦਾਂ ਹੀ ਕਰਦੀ ਆ, ਪਾਈਪ ਚੁੱਕ ਕੇ ਇੱਥੇ ਲੈ ਜਾਣਾ ਡਿਊਟੀ ਦੇ ਅੱਗੇ ਲਿਆ ਕੇ ਰੱਖ ਦੇਗੀ, ਜਾਂ ਮੇਰੇ ਲੱਗੇ ਕਿ ਚਲੋ ਤੁਸੀਂ ਵਿਹੜਾ ਧੋਵੋ ਅਤੇ ਮੈਂ ਤੁਹਾਡੇ ਨਾਲ ਸ਼ਰਾਰਤਾਂ ਕਰਦੀ ਹਾਂ। ਮੈਂ ਹੁਣ ਚਲਾਉਣਾ ਨਾ, ਬੇਲ ਦੇ ਨਾਲ ਮਨੀ ਪਲੱਟ ਦੇ ਨਾਲ ਸਾਫ਼ ਕਰਦੀ ਰਹੀ ਸੀ। ਜਦ ਤੱਕ ਅਸੀਂ ਵਿਹੜਾ ਨਹੀਂ ਧੋਣਾ, ਇਹਨੇ ਟਿੱਕ ਕੇ ਬੈਠਣਾ ਨਹੀਂ ਆ। ਜਦੋਂ ਅਸੀਂ ਇਹਨੂੰ ਬੰਨ੍ਹ ਦਿੱਤਾ ਤਾਂ ਇੰਨਾ ਰੌਲਾ ਪਾਉਂਦੀ ਚੀਕ। ਹਾਂਜੀ ਦੇਖੋ ਗਾਇ ਬਾਹਰ ਗੇਟ ਤੋਂ ਕੋਈ ਆਇਆ ਤਾਂ ਉਹ ਆਉਣ ਨਹੀਂ ਦਿੰਦੀ, ਪੈ ਰਹੀ ਆ ਬਾਹਰ ਹੀ, ਇਹਨੇ ਅੰਦਰ ਨਹੀਂ ਆਉਣ ਦੇਣਾ। ਹੁਣ ਇਹਨੂੰ ਬੰਨ੍ਹਣਾ ਪੈਣਾ ਤਾਂ ਫਿਰ ਅਸੀਂ ਉਹਨਾਂ ਨੂੰ ਅੰਦਰ ਲਗਾ ਸਕਦੇ ਹਾਂ। ਹਾਂਜੀ ਦੇਖੋ ਗਾਇਸ ਜਾਮਣਾਂ ਕਿੱਦਾਂ ਡਿੱਗੀਆਂ ਥੱਲੇ ਹਵਾ ਦੇ ਨਾਲ, ਰੋਜ਼ ਹੀ ਬਹੁਤ ਡਿੱਗਦੀਆਂ। ਅਸੀਂ ਇਹਨਾਂ ਨੂੰ ਫਿਰ ਸਾਫ਼ ਕਰਕੇ ਝਾੜੂ ਦੇ ਨਾਲ ਅਤੇ ਸੁੱਟ ਦੇ ਬਾਹਰ ਕਚਰੇ 'ਚ, ਕਿਉਂਕਿ ਨੀਚੇ ਜੋ ਡਿੱਗੀਆਂ ਹੁੰਦੀਆਂ ਗੰਦੀਆਂ ਬਰਤਨ ਵਾਲੀਆਂ ਨੇ, ਸਾਡੇ ਆ ਡੌਗੀ ਵੀ ਮੂੰਹ ਲਾ ਦਿੰਦਾ ਆ। ਇਸ ਵਾਰੀ ਜਾਮਣਾਂ ਜ਼ਿਆਦਾ ਨਹੀਂ ਲੱਗੀਆਂ, ਘੱਟ ਹੀ ਲੱਗੀਆਂ,
ਉੱਪਰ ਜਾਮਣਾ ਲੱਗੀਆਂ ਕਾਫੀ, ਲੇਕਿਨ ਪਿਛਲੇ ਸਾਲ ਤੋਂ ਘੱਟ ਹੀ ਲੱਗੀਆਂ ਔਰ ਇੰਨੀਆਂ ਮੋਟੀਆਂ ਵੀ ਨਹੀਂ ਹੋਈਆਂ। ਆ ਜਾਓ ਜਾਮਣਾ ਖਾ ਲਓ ਤੁਸੀਂ ਵੀ, ਫਰੈਸ਼ ਫਰੈਸ਼ ਤੋੜ ਕੇ। ਜਾਮਣ ਤੋੜਨੀ ਵੀ ਬਹੁਤ ਔਖੀ ਹੈ ਕਿਉਂਕਿ ਪੇੜ ਬਹੁਤ ਉੱਚਾ ਆ, ਉੱਪਰ ਚੜ੍ਹ ਵੀ ਨਹੀਂ ਸਕਦੇ ਔਰ ਇਹਦੀਆਂ ਟਹਿਣੀਆਂ ਉਹ ਵੀ ਕੱਚੀਆਂ ਹੁੰਦੀਆਂ ਆ। ਔਰ ਇੰਨਾ ਤਾਂ ਕੋਈ ਬੱਚਾ ਵੀ ਨਹੀਂ ਛੋਟਾ ਜਿਹਾ ਜਿਹੜਾ ਅਸੀਂ ਚੜ੍ਹਾ ਦਈਏ ਉੱਪਰ ਅਤੇ ਜਾਮਣਾ ਲਾ ਲਈਏ। ਨੇੜੇ ਨੇੜੇ ਜਿਹੜੇ ਛੋਟੇ ਛੋਟੇ ਸਾਡੇ ਇੱਥੇ ਆਸ ਪਾਸ ਦੇ ਟਹਿਣੀਆਂ ਨੀਚੇ ਲਟਕੀਆਂ, ਉਹਦੇ ਨਾਲ ਤਾਂ ਅਸੀਂ ਖੁਦ ਲਾ ਲਈਦੀਆਂ ਆ। ਹਾਂਜੀ ਗਾਇਸ, ਜਾਮਣਾ ਅਸੀਂ ਉੱਪਰੋਂ ਤੋੜ ਕੇ ਕਿਸੇ ਨੂੰ ਚੜ੍ਹਾ ਕੇ ਤੜਵਾਉਣੀਆਂ ਆ ਅਤੇ ਫਿਰ ਮੈਂ ਤਾਂ ਸਿਰਕਾ ਬਣਾਉਣਾ ਆ। ਸਿਰਕੇ ਵਾਲੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਅਤੇ ਫਿਲਹਾਲ ਮੈਨੂੰ ਇਜਾਜ਼ਤ ਦਿਓ, ਮੈਂ ਆਪਣਾ ਵਲੋਗ ਅੱਜ ਦਾ ਇੱਥੇ ਹੀ ਸਮਾਪਤ ਕਰ ਰਹੀ ਹਾਂ ਕਿਉਂਕਿ ਬੱਦਲ ਹੋ ਗਿਆ, ਬਾਰਿਸ਼ ਵੀ ਆਉਣ ਵਾਲੀ ਹੈ ਔਰ ਡੌਗੀ ਵੀ ਬਹੁਤ ਸ਼ਰਾਰਤਾਂ ਕਰਦਾ ਪਿਆ ਆ। ਹੁਣ ਅਸੀਂ ਇੱਥੇ ਪਾਰਕ ਦੇ ਵਿੱਚ ਝਾੜੂ ਮਾਰਨਾ ਆ, ਸਫਾਈ ਕਰਨੀ ਆ, ਇਹ ਸਾਰਾ ਜੋ ਵੀ ਕਚਰਾ ਇਹਨੂੰ ਇਕੱਠਾ ਕਰਾਂਗੇ ਕਿਉਂਕਿ ਸਾਡਾ ਡੌਗੀ ਵੀ ਜਾਮਣਾ ਖਾ ਲੈਂਦਾ ਆ ਔਰ ਫਿਰ ਬਾਅਦ ਵਿੱਚ ਬਹੁਤ ਦਿੱਕਤ ਹੁੰਦੀ ਆ ਉਹਨੂੰ, ਥੋੜ੍ਹੀ ਕੌਂਸਟੀਪੇਸ਼ਨ ਹੋ ਜਾਂਦੀ, ਜਾਮਣਾ ਖਾਏ ਕਬਜ਼ ਹੋ ਜਾਂਦੀ ਆ ਔਰ ਫਿਰ ਤੁਹਾਨੂੰ ਪਤਾ ਹੀ ਆ ਡਾਕਟਰ ਦੇ ਕੋਲ ਜਾਣਾ ਪੈਂਦਾ ਮੈਡੀਸਨ ਲੈਣ ਵਾਸਤੇ। ਅਤੇ ਇੱਧਰ ਮੌਸਮ ਵੀ ਸੋਹਣਾ ਹੋ ਗਿਆ, ਅੰਬ ਤਾਂ ਅਸੀਂ ਸਾਰੇ ਤੋੜ ਲਿਆ ਸੀ, ਅੱਧੇ ਅੰਬਾਂ ਦਾ ਅਚਾਰ ਬਣਾ ਲਿਆ, ਚਟਨੀ ਬਣਾ ਲਈ, ਮੁਰੱਬਾ ਜੈਮ ਬਣਾ ਲਿਆ ਅਤੇ ਹੁਣ ਉਹ ਪਰੇ ਸਾਈਡ 'ਤੇ ਰਹਿ ਗਏ ਥੋੜ੍ਹੇ ਜਿਹੇ ਅੰਬ ਕੋਰਨਰ ਦੇ ਵਿੱਚ ਸਾਹਮਣੇ, ਉਹ ਅਸੀਂ ਪਕਾਉਣ ਵਾਸਤੇ ਰੱਖੇ ਆ, ਖਾਵਾਂਗੇ ਪਕਾ ਕੇ ਕੱਟ ਕੇ ਜਾਂ ਜਿਵੇਂ ਬੱਚੇ ਲਾਈਕ ਕਰਦੇ ਆ। ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ, ਮੈਂ ਪੇਠਾ ਤੁਹਾਨੂੰ ਦਿਖਾਇਆ ਸੀ ਇੱਕ ਦਿਨ, ਛੋਟਾ ਜਿਹਾ ਉਹ ਕਾਫੀ ਵੱਡਾ ਹੋ ਗਿਆ ਆ ਹੁਣ। ਇਹ ਦੇਖੋ ਕਿੰਨਾ ਵੱਡਾ ਹੋ ਗਿਆ ਆ, 3-4 ਕਿਲੋ ਦਾ ਸ਼ਾਇਦ ਹੋ ਗਿਆ ਆ ਅਤੇ ਵੱਡਾ ਹੋਏਗਾ ਥੋੜ੍ਹਾ ਜਿਹਾ ਹੋਰ, ਤਾਂ ਅਸੀਂ ਨੂੰ ਤੋੜ ਕੇ ਅਤੇ ਇਹਦਾ ਪੇਠਾ ਬਣਾਵਾਂਗੇ ਜਿਵੇਂ ਬਣਾਉਂਦੇ ਆ। ਇਹਨੂੰ ਸਾਫ ਕਰਕੇ ਇਹਦਾ ਛਿਲਕਾ ਉਤਾਰ ਕੇ ਅਤੇ ਅਸੀਂ ਇਹਨੂੰ ਚੂਨੇ ਦੇ ਪਾਣੀ 'ਚ ਬੋਇਲ ਕਰ ਲੈਣਾ ਆ ਔਰ ਉਸ ਤੋਂ ਬਾਅਦ ਇਹਦਾ ਜੋ ਅਗਲਾ ਪ੍ਰੋਸੈਸ ਉਹ ਸ਼ੁਰੂ ਕਰਾਂਗੇ, ਕਿਵੇਂ ਬਣਦਾ ਚਾਸ਼ਨੀ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਆਪਣੀ ਰੈਸਿਪੀ ਪਾਵਾਂਗੀ। ਪੇਠਾ ਮਿਠਾਈ ਇੱਕ ਜਿਹੜੀ ਹੁੰਦੀ ਆ ਸਵੀਟ, ਉਹ ਬਣਾਵਾਂਗੇ। ਇੱਧਰ ਵੀ ਇੱਕ ਜਾਮਣ ਦਾ ਪੇੜ ਆ ਲੇਕਿਨ ਇਸ ਨੂੰ ਜਾਮਣਾ ਨਹੀਂ ਲੱਗੀਆਂ, ਉਹ ਸਾਹਮਣੇ ਤੁਹਾਨੂੰ ਮੈਂ ਦਿਖਾ ਰਹੀ, ਇੱਕ ਪੰਛੀ ਬੈਠਾ ਹੋਇਆ ਆ ਪੇੜ ਦੇ ਉੱਤੇ, ਸ਼ਾਇਦ ਤੁਹਾਨੂੰ ਨਜ਼ਰ ਆ ਹੀ ਗਿਆ ਹੋਗਾ, ਇਹਨੂੰ ਪਤਾ ਨਹੀਂ ਕੀ ਕਹਿੰਦੇ ਆ। ਇਹ ਆਉਂਦਾ ਡੇਲੀ ਸਾਡੇ ਇੱਥੇ ਪਾਣੀ ਪੀਣ ਜਾਂ ਖਾਣਾ ਖਾਣ, ਜੋ ਵੀ ਅਸੀਂ ਨੂੰ ਪਾਉਂਦੇ ਹਾਂ, ਬਹੁਤ ਪਿਆਰਾ ਆ। ਹੋਰ ਵੀ ਬਹੁਤ ਪੰਛੀ ਆਉਂਦੇ ਆ, ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੀ ਹਾਂ, ਇਹਨੂੰ ਪਤਾ ਨਹੀਂ ਕੀ ਕਹਿੰਦੇ ਆ। ਦੇਖੋ ਇਹਨੇ ਉਹ ਸਾਹਮਣੇ ਬੱਚੇ ਵੀ ਦਿੱਤੇ ਹੋਏ ਸੀ, ਜਿਸ ਦਿਨ ਤੇਜ਼ ਆਂਧੀ ਤੂਫਾਨ ਆਇਆ ਅਤੇ ਇਹਦਾ ਆਲਣਾ ਨੀਚੇ ਗਿਰ ਗਿਆ ਅਤੇ ਇੱਕ ਬੱਚਾ ਇਹਦਾ ਮਰ ਗਿਆ ਸੀ, ਅਸੀਂ ਆਲਣਾ ਚੁੱਕੇ ਉਵੇਂ ਹੀ ਉੱਤੇ ਰੱਖ ਦਿੱਤਾ ਸੀ। ਫਿਰ ਇਹਦਾ ਬਹੁਤ ਪੰਛੀ ਆਉਂਦੇ ਇੱਥੇ ਪਾਰਕ ਦੇ ਵਿੱਚ ਸਾਡੇ, ਦੁਪਹਿਰ ਨੂੰ ਵੀ ਸ਼ਾਮ ਨੂੰ ਵੀ। ਇੱਧਰ ਮਿਰਚਾਂ ਵੀ ਬਹੁਤ ਲੱਗੀਆਂ ਹੋਈਆਂ ਆ, ਮਿਰਚਾਂ ਦਾ ਮੈਂ ਅਚਾਰ ਬਣਾਇਆ ਸੀ ਖੱਟਾ ਮਿੱਠਾ ਗੁੜ ਅਤੇ ਸਿਰਕਾ ਪਾ ਕੇ, ਲੇਕਿਨ ਮੇਰੇ ਕੋਲ ਤੁਹਾਡੇ ਨਾਲ ਉਹ ਰੈਸਪੀ ਸ਼ੇਅਰ ਨਹੀਂ ਕਰ ਹੋਈ। ਹੁਣ ਮੈਂ ਫਿਰ ਦੁਬਾਰਾ ਪਾਉਣਾ ਆ ਅਚਾਰ ਕਿਉਂਕਿ ਸਾਰਿਆਂ ਨੇ ਬਹੁਤ ਪਸੰਦ ਕੀਤਾ ਮਿਰਚਾਂ ਦਾ ਅਚਾਰ, ਸਾਡੇ ਰੈਲੇਟਿਵਸ ਨੇ ਜਿਹੜੇ ਵੀ ਆਏ ਜਿਨ੍ਹਾਂ ਨੇ ਵੀ ਖਾਧਾ, ਅਤੇ ਹੁਣ ਦੁਬਾਰਾ ਤੋਂ ਫਿਰ ਡਿਮਾਂਡ ਆ ਉਹਨਾਂ ਦੀ ਕਿ ਸਾਨੂੰ ਵੀ ਅਚਾਰ ਪਾ ਕੇ ਦਿਓ ਮਿਰਚਾਂ ਦਾ, ਅਤੇ ਮੈਂ ਮਿਰਚਾਂ ਦਾ ਅਚਾਰ ਪਾਵਾਂਗੀ, ਉਹਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ। ਅਤੇ ਅੱਜ ਦਾ ਵਲੌਗ ਗਾਇਸ ਮੈਂ ਇੱਥੇ ਖਤਮ ਕਰਦੀ ਹਾਂ, ਤੁਹਾਨੂੰ ਹੋਮ ਟੂਰ ਵੀ ਕਰਾਵਾਂਗੀ ਆਪਣਾ ਕਿਸੇ ਦਿਨ, ਬਾਹਰੋਂ ਅੰਦਰੋਂ ਸਾਰਾ ਦਿਖਾਵਾਂਗੀ। ਫਿਲਹਾਲ ਤਾਂ ਮੈਂ ਆਪਣਾ ਵਲੌਗ ਖਤਮ ਕਰ ਰਹੀ ਹਾਂ, ਮੈਨੂੰ ਇਜਾਜ਼ਤ ਦਿਓ, ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਰੈਸਪੀ ਲੈ ਕੇ, ਨਵਾਂ ਵਲੌਗ ਲੈ ਕੇ। ਤੁਸੀਂ ਤਦ ਤੱਕ ਆਪਣਾ ਖਿਆਲ ਰੱਖੋ, ਸੇਫ ਰਹੋ, ਸੁਰੱਖਿਅਤ ਰਹੋ। ਚਲੋ ਜੀ, ਮੇਰੇ ਵੱਲੋਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।